ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਦੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ فرمਾਏ ਤੇ ਬਲੀਓ ਖਾਨ ਸਾਹਿਬ ਨੇ ਤੁਰਪ ਦਾ ਪੱਤਾ ਦੁਬਾਰਾ ਫਿਰ ਮਾਰਕੀਟ ਦੇ ਵਿੱਚ ਛੱਡ ਦਿੱਤਾ ਬਹੁਤ ਵੱਡੀ ਖਬਰ ਬਹੁਤ ਵੱਡਾ ਹੰਗਾਮਾ ਔਰ ਬਹੁਤ ਵੱਡਾ ਰੌਲਾ ਬੜੀ ਦੂਰੋਂ ਉਹਨਾਂ ਨੇ ਇਹ ਸ਼ਖਸੀਅਤ ਜਿਹੜੀ ਹੈ ਇਹ ਬੁਲਾਈ ਔਰ ਐਸੇ ਉਸ ਸ਼ਖਸੀਅਤ ਦੇ ਤਲਕਾਤ ਨੇ ਔਰ ਖਾਨ ਸਾਹਿਬ ਨੂੰ ਵਜ਼ੀਰ ਆਜ਼ਮ ਬਣਾਉਣ ਵਾਸਤੇ ਵੀ ਉਸ ਸ਼ਖਸੀਅਤ ਨੇ ਆਪਣੇ ਆਖਰੀ 3-4 ਮਹੀਨਿਆਂ ਚ 5 ਮਹੀਨਿਆਂ ਚ ਬੜਾ ਕਰਦਾਰ ਕੀਤਾ ਸੀ ਯਾਨੀ ਕਿ ਖਾਨ ਸਾਹਿਬ ਦੀ ਉਡਾਨ ਖਾਨ ਸਾਹਿਬ ਵਾਸਤੇ ਜਲਸਾ ਮਨਾਰੇ ਪਾਕਿਸਤਾਨ ਦਾ ਔਰ ਇਹ ਸਾਰਾ ਜਿਹੜਾ ਸਿਸਟਮ ਹੈ ਡੀ ਚੌਕ ਚ ਤਰਨਾ ਕਾਦਰੀ ਨੂੰ ਬੁਲਾਣਾ ਇਹ ਸਾਰਾ ਉਸ ਬੰਦੇ ਨੇ ਕੀਤਾ ਸੀ ਬੜਾ ਮਿੱਠਾ ਆਦਮੀ ਹੈ ਔਰ ਬੜਾ ਚਲਾਕ ਔਰ ਬੜਾ ਸ਼ਾਤਰ ਆਦਮੀ ਨਹੀਂ ਹੈ ਔਰ ਬੜੇ ਮਜ਼ੇ ਲੈ ਰਿਹਾ ਅੱਜ ਕੱਲ ਸਮਝਦੇ ਹੋ ਕਿ ਨੇ ਉਹ ਸਰਕਾਰ ਖਾਨ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਕਿ ਮੇਰੇ ਕੋਲ ਐਸਾ ਪੱਤਾ ਹੈ ਕਿ ਜਦੋਂ ਉਹ ਪੱਤਾ ਆਏਗਾ ਤੇ ਸਾਰੇ ਮਸਲੇ ਮਸਾਇਲ ਜਿਹੜੇ ਨੇ ਉਹ ਹੱਲ ਹੋ ਜਾਣਗੇ ਲੇਕਿਨ ਪੱਤਾ ਬਹੁਤ ਵੱਡਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜਾ ਮੈਂ ਤੁਹਾਡੇ گوش گزار ਕਰਨਾ ਚਾਹੁੰਦਾ ਖਾਨ ਸਾਹਿਬ ਨੇ ਉਹਦੇ ਆਸਤੇ ਪੰਗੇ ਲੈ ਪਾਕ ਫੌਜ ਦੇ ਖਿਲਾਫ ਮੈਂ ਸ਼ੁਰੂ ਕਰਾਈ ਸਟੈਫੋਜੀਟ ਸਟੈਬਲਿਸ਼ਮੈਂਟ ਨੂੰ ਨਿਊਟਰਲ ਦੀ ਜਗ੍ਹਾ ਜਾਨਵਰ ਕਿਹਾ ਔਰ ਅਜੀਬੋ ਗਰੀਬ ਦੋ ਸਮਰੀਆਂ ਸਾਇਨ ਕਰਾਈਆਂ ਕਿ ਮੈਂ ਬਾਜਵਾ ਸਾਹਿਬ ਨੂੰ ਜਿਹੜਾ ਉਹ ਹਟਾ ਦਿਆਂਗਾ ਨੌਕਰੀ ਤੋਂ ਕੋ ਨਵਾ ਜਰਨਲ ਮੇਂ ਲਾ ਦਿਆਂਗਾ ਇਹ ਸਾਰੇ ਪੰਗੇ ਉਹ ਉਸ ਤੁਰਕ ਦੇ ਪੱਤੇ ਵਾਸਤੇ ਲਾਏ ਕਿਉਂਕਿ ਉਹਨਾਂ ਕਿਹਾ ਕਿ ਉਹ ਆਏਗਾ ਤੇ ਸਾਰੇ ਮਸਲੇ ਹੱਲ ਹੋ ਜਾਣਗੇ ਹੁਣ ਤੁਸੀਂ ਸੋਚਦੇ ਹੋਣੇ ਕਿ ਉਹ ਤੁਰਕ ਦਾ ਪੱਤਾ ਕੀ ਹੈ ਉਹ ਸਰਕਾਰ ਸਾਊਦੀ ਅਰਬ ਤੋਂ ਇੱਕ ਸਪੈਸ਼ਲ ਮਹਿਮਾਨ ਜਿਹੜਾ ਬੁਲਾਇਆ ਜਾਂਦਾ ਹੈ ਇਹ ਸਪੈਸ਼ਲ ਮਹਿਮਾਨ ਹੈ ਜਿਹਦਾ ਨਾਮ ਜਨਰਲ ਰਹੀਲ ਸ਼ਰੀਫ ਸਾ ਸਾਬ ਦਾ ਜਰਨਲ ਸਾਡੇ ਬੜੇ ਮਿੱਠੇ ਬੜਾ ਮੁੱਛਾ ਨੂੰ WhatsApp ਦੇ ਕੇ ਤਾਸ਼ਾ ਲਾ ਕੇ ਤੇ ਬੜੀ ਜਾਣੇ ਦਾ ਵਕਤ ਜਾਣੇ ਦੋ ਯਾਦ ਜੋ ਜਿਹੜੇ ਪੋਸਟਰ ਲਵਾਏ ਸੀ ਅਬ ਆ ਵੀ ਜਾ ਯਾਨੀ ਕਿ ਆਪਣੇ ਆਪ ਨੂੰ ਬੜਾ ਖੁਦਾ ਜਿਹੜਾ ਤੇ ਬੜਾ ਮਸੀਹਾ ਤੇ ਬੜਾ ਕੁਝ ਕਰਕੇ ਕੋਸ਼ਿਸ਼ ਕੀਤੀ ਲੇਕਨ ਗੱਲ ਬਣੀ ਨਹੀਂ ਤਰਾ ਵਾਰਾਂਕ ਐਕਸਟੈਂਸ਼ਨ ਮੰਗੀਨ ਵਾਸ਼ਰੀਫ ਕੋਲੋਂ ਵਾਸ਼ੀਸ਼ ਨੇ ਕਰਨਾ ਅਗਰ ਮੈਂ ਤੈਨੂੰ ਐਕਸਟੈਂਸ਼ਨ ਦੇਾਂਗੇ ਤੇ ਬਾਕੀ ਜਰਨਲ ਜਿਹੜੇ ਨੇ ਉਹਨਾਂ ਦੀ ਤੇ ਸਾਰੇ ਰੈਂਕ ਹੀ ਥੱਲੇ ਚਲੇ ਜਾਣਗੇ ਉਹ ਤੇ ਮੈਨੂੰ ਵੱਧ ਦੁਆਵਾਂ ਦੇਣਗੇ ਲਿਆਦਾ ਕੋਈ ਐਕਸਟੈਂਸ਼ਨ ਨਹੀਂ ਚਲੋ ਦੋੜੋ ਉਹ ਸਰਕਾਰ ਸਾਊਦੀ ਅਰਬ ਫਿਰ ਲਿਆ ਗਿਆ ਤੇ ਨੌਕਰੀ ਸ਼ੋਕਰੀ ਮੀਆਂ ਸਾਹਿਬ ਨੇ ਕਰਵਾ ਦਿੱਤੀ ਉਹਨੂੰ ਬੁਲਾਦਾ ਕਿ ਤੂੰ ਮੈਨੂੰ ਇੱਥੇ ਹੁਣ ਸੀਡੀਐਸ ਚੜਾਇਆ ਸੀ ਤੂੰ ਮੇਰੇ ਆਸਤੇ ਉਹਦੇ ਨਾਲ ਮਿਲ ਕੇ ਪਾਸ਼ੇ ਪੂਸ਼ੇ ਨਾਲ ਸਾਰਾ ਕੁਝ ਕੀਤਾ ਸੀ ਤੇ ਮੈਂ ਹੁਣ ਮੁਸ਼ਕਲ ਹੈ ਚਾ ਤੇ ਮੈਨੂੰ ਕੱਢ ਤੈਨੂੰ ਤੇ ਮੈਂ ਬੜੀਆਂ ਰਹਿਤਾਂ ਦਿੱਤੀਆਂ ਮੁੰਬਈ ਨਾਲ ਤੌਰ ਤੇ ਬੜੀਆਂ ਜ਼ਮੀਨਾਂ ਤੇ ਪਲਾਟ ਤੇ ਪਤਾ ਨਹੀਂ ਕੀ ਕੀ ਤੂੰ ਲੈ ਗਿਆ ਤੇ ਇੱਥੇ ਮੇਰੇ ਮੈਂ ਫਸਿਆ ਪਿਆ ਤੇ ਤੂੰ ਹੀ ਮੇਰੇ ਕੋਲ ਉਹ ਪੱਤੇ ਜਿਹੜਾ ਮੈਂ ਸ਼ੋਅ ਕਰਨਾ ਉਹ ਬਾਹਰ ਹੀ ਆ ਜਾਂਦੇ ਨੇ ੜੜੇ ੜੜੇ ਆਉਂਦੇ ਨੇ ਤਾਂ ਸਿੱਧੇ ਜਾਂਦੇ ਨੇ ਜੀ ਅੱਜ ਕੀ ਆਪਣੇ ਸਾਬਕਾ ਦਫ਼ਤਰ ਜਾ ਕੇ ਉਹ ਤੁਮਿਲਦਰ ਮਵਈਨਾ ਤੌਰ ਤੇ ਐਸਟੈਬਲਿਸ਼ਮੈਂਟ ਦੀ ਵੱਡੀ ਕਿਆਦਤ ਨੂੰ ਜਿਹੜੇ ਕੋ ਪੰਜ ਸੱਤ ਵੱਡੇ ਹੁੰਦੇ ਨੇ ਮਹਤਰਮ ਉਹਨਾਂ ਨੂੰ ਜਾ ਕੇ ਕਹਿਣ ਨੇ ਕਿ ਯਾਰ ਕੁ ਰਿਹਤ ਸ਼ਾਇਦ ਦਿਓ ਤੁਹਾਡੀ ਮਿਹਰਬਾਨੀ ਹੈ ਜਰਾ ਕੋ ਗੱਲ ਨੂੰ ਪਾਰੇ ਨੂੰ ਥੱਲੇ ਲੈ ਕੇ ਆਈਏ ਔਰ ਖਾਨ ਸਾਹਿਬ ਨੂੰ ਚੱਲਣ ਦਿਓ ਸਾਲ ਤੇ ਰਹਿ ਗਿਆ ਚੱਲਣ ਦਿਓ ਕੀ ਤੁਹਾਡਾ ਕੀ ਜਾਣਾ ਤੇ ਜਿਵੇਂ ਤੁਸੀਂ ਆਂਦੇ ਹੋ ਮੇਰੇ ਕੋਲ ਹਾਲੋ ਇਹ ਜੋ ਮੁਬਈਨਾ ਤੌਰ ਤੇ ਗੱਲ ਜਿਵੇਂ ਤੁਸੀਂ ਆਂਦੇ ਉਹਨਾਂ ਨੂੰ ਕਰ ਦਿੰਦਾ ਕੋਈ ਐਕਸਪੈਂਸ਼ਨ ਦਾ ਇਸ਼ੂ ਹੈ ਜਾਂ ਕੋਈ ਟਕਰਾਰੀਆਂ ਦਾ ਇਸ਼ੂ ਹੈ ਜਾਂ ਕੋਈ ਖਰਜਾ ਪੁਲਿਸ ਦਾ ਇਸ਼ੂ ਹੈ ਜਾਂ ਕੋਈ ਇੰਟਰਨਲ ਕੋਈ ਇਸ਼ੂ ਹੈ ਸਾਰੇ ਇੱਥੇ ਬੈ ਕੇ ਹੱਲ ਕਰਦੇ ਨੇ ਛੱਡੋ ਪਰਾਂ ਤਫਕਰ ਉਹਨਾਂ ਨੂੰ ਕਹੋ ਆਪਣਾ ਆਪੋ ਜਿਸ਼ਨ ਨੂੰ ਕਿ ਆਪਣਾ ਆਪਣਾ ਕੰਮ ਕਰੋ ਜੀ ਅੱਲਾਹ ਲਾ ਦੇ ਖੈਰ ਸਲਾ ਸਾਰੇ ਦਿੱਤੇ ਬਿੱਤਰ ਹੋ ਜਾਣ ਤੇ ਆ ਜਿਹੜੀ ਸਪੋਰਟ ਜਿਹੜੀ ਤੁਸੀਂ ਛੱਡੀ ਹੈ ਇਹ ਮਿੱਠੇ ਦੀ ਜਿਹਨੂੰ ਅਸੀਂ ਕੁਚੜ ਚੁੱਕਿਆ ਸੀ ਇਹਦੀ ਸਪੋਰਟ ਵਾਪਸ ਕਰ ਦਿਓ ਔਰ ਇਹਦੇ ਆਸਤੇ ਪੂਰਾ ਉਹ ਸਿਸਟਮ ਲਾ ਦਿਓ ਸਾਰੇ ਕੰਮ ਇਹਦੇ ਕਰਨੇ ਸ਼ੁਰੂ ਕਰ ਦੇ ਜਿਵੇਂ ਉਹ ਪਿਸ਼ਾਵਰ ਵਾਲਾ ਬਾਬਾ ਕਰਦਾ ਰਿਹਾ ਉਹਨੇ ਕਿ ਭਾਈ ਜੀ ਗੱਲ ਸੁਣੋ ਇਹ 2014 ਨੇ ਜਿੱਥੇ ਕਾਦਰੀ ਨੇ ਇਹਨਾਂ ਤਬਾਈ ਫੇਰੀ ਸੀ ਇਹ ਉਹ ਟਾਈਮ ਨਹੀਂ ਹੈਗਾ ਇਹ ਅਸੀਂ ਹੁਣ 2022 ਵਿੱਚ ਆ ਤੇ ਪਾਕਿਸਤਾਨ ਦਾ ਬੜਾ ਨੁਕਸਾਨ ਹੋ ਚੁੱਕਿਆ ਪਾਕਿਸਤਾਨ ਦੇ ਸਾਰੇ ਦੋਸਤ ਸਾਡੇ ਕੋਲ ਨਾਰਾਜ਼ ਹੋ ਚੁੱਕੇ ਨੇ ਇਹਦੀ ਵਜ੍ਹਾ ਤੋਂ ਇਸ ਜਿਹੜੇ ਆ ਰੱਖਿਆ ਟੋਲਾ 10 12 ਦਾ ਇਹਨਾਂ ਨੂੰ ਅਲਫ਼ ਬੇ ਨਹੀਂ ਆਂਦੀ ਨਾ ਮੁਲਕ ਚਲਾਣ ਦੀ ਨਾ ਮੁਲਕ ਸੰਭਾਲਣ ਦੀ ਨਾ ਖਰਚਾ ਪੋਲਿਸੀ ਦੀ ਤੇ ਨਾ ਇੰਟੀਰੀਅਰ ਪੋਲਿਸੀ ਦੀ ਤੇ ਗਾਲਾਂ ਜਿਹੜੀਆਂ ਨੇ ਸਾਨੂੰ ਪੈਂਦੀਆਂ ਨੇ تنਕੀਦ ਜਿਹੜੀ ਸਾਡੇ ਤੇ ਔਰ ਸਾਡੇ ادارے ਤੇ ਹੋ ਰਹੀ ਤੇ ਲਿਆਦਾ ਅਸੀਂ ਇਹ ਬੋਝ ਹੋਣ ਨਹੀਂ ਚੁੱਕ ਸਕਦਾ ਅਗਰ ਅਸੀਂ ਹੁਣ ਇਹਨੂੰ ਦੁਬਾਰਾ ਫਿਰ ਉਤਾਂ ਚੁੱਕਿਆ ਤੇ ਸਾਡਾ ਜਿਹੜਾ ਪੂਰਾ ਹਰਸ਼ਾ ਜਿਹੜੀ ਹੈ ਨਾ ਉਹਨਾਂ ਲੋਕਾਂ ਨੇ ਆਵਾਮ ਨੇ ਬਿਲਕੁਲ ਧਾਰ-ਧਾਰ ਕਰ ਦੇਣੀ ਤੇ ਇਸ ਵਾਸਤੇ ਰੇਲ ਸ਼ਰੀਫ ਸਾਹਿਬ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਆਏ ਚਾਹ ਸ਼ਾਹ ਪੀਓ ਬਿਸਕਟ ਖਾਓ ਇੰਜੋਏ ਕਰੋ ਇੱਡੀ ਵੱਡੀ ਨੌਕਰੀ ਤਰਨਵਾਜ਼ ਸ਼ਰੀਫ ਨੇ ਉੱਥੇ ਹਲਵਾਈ ਹੈ ਪਤਾ ਨਹੀਂ ਤੁਹਾਡੀ ਤਰ੍ਹਾਂ 5 ਕਰੋੜ ਇਹ ਮਹੀਨਾ ਕਿ 10 ਕਰੋੜ ਸਨ ਕੀ ਪਤਾ ਤੇ ਉਹ ਇੰਜੋਏ ਕਰੋ ਉੱਥੇ ਸਾਊਦੀ ਅਰਬ ਵਿੱਚ ਅਰਬੀਆਂ ਦਾ ਪੈਸਾ ਜਿਹੜਾ ਉੱਥੇ ਖਾਓ ਇੱਥੇ ਸਾਡੇ ਮਾਮਲੇ ਵਿੱਚ ਤੁਸੀਂ ਨਾ ਦਾਖਲ ਕਰੋ ਬੜੇ ਤੁਸੀਂ ਕਾਬਲੇ ਇhtਰਾਮ ਔਰ ਬੜੀਆਂ ਕੁਰਬਾਨੀਆਂ ਤੁਹਾਡੀਆਂ ਆਪਣਾ ਰਾਇਲ ਸ਼ਰੀਫ ਸਾਹਿਬ ਉਹਨੇ ਬੜਾ ਕਿਹਾ ਉਹਨੇ ਕਹੀ ਯਾਰ ਤੁਹਾਡੀ ਮਿਹਰਬਾਨੀ ਹੁਣ ਮੈਂ ਆਇਆ ਸਪੈਸ਼ਲ ਤੇ ਇਹ ਮੇਰੇ ਤੇ ਬੜਾ ਹੋਣਾ ਉਹਨੇ ਮਾਨ ਕੀਤਾ ਤੇ ਕੁਛ ਤੇ ਰਹਿਤ ਦਿਓ ਸੁਣਾ ਉਹਨੇ ਕਹੇ ਬਰੇ ਹੱਥ ਸੀ ਇਹ ਹੀ ਦੇ ਸਕਨੇ ਬੱ ਚੁੱਪ ਕਰਕੇ ਹੰਗਾਮਾ ਰਾਈ ਨਾ ਕਰੇ ਡੀ ਚੌਕ ਸਜੇ ਖਬ ਔਰ ਜੇ ਇਸ ਪਲਾਨ ਕੀਤੇ ਨੇ ਸਟੈਬਲਿਸ਼ਮੈਂਟ ਦੇ ਖਿਲਾਫ ਗਾਲਮ ਗਲੋਚਤੇ ਔਰ ਵੀਡੀਓ ਚਲਾਉਣ ਦੇ ਪਲਾਨ ਖਤਮ ਕਰੇ ਚੁੱਪ ਕਰਕੇ ਅਸਤੀਫਾ ਦੇ ਔਰ ਨਿਕਲ ਜਾਏ ਅਸੀਂ ਇਹਨੂੰ ਸੇਫ ਐਗਜ਼ਿਟ ਦੇ ਦੇਵਾਂਗੇ ਜਿਵੇਂ ਤੁਸੀਂ ਮੁਸ਼ਰਫ ਨੂੰ ਦਿੱਤਾ ਸੀ ਇਸ ਤੋਂ ਇਲਾਵਾ ਅਸੀਂ ਇਹਦੀ ਕੋਈ ਮਦਦ ਨਹੀਂ ਕਰ ਸਕਦੇ ਔਰ ਅਗਰ ਇਹਨੇ ਕੋਈ ਹੰਗਾਮਾ ਰਾਈ ਕਰਨ ਦੀ ਕੋਸ਼ਿਸ਼ ਕੀਤੀ ਔਰ ਸਾਡੇ ਉੱਤੇ ਕੋਈ تنਕੀਦ ਜਾਂ ਕੋਈ ਇਸ ਤਰ੍ਹਾਂ ਦੇ ਤੀਰ ਵਰਸਾਏ ਤੇ ਫਿਰ ਇਹਨੂੰ ਜੇਲ ਜਿਹੜਾ ਉਹ ਜਾਣਾ ਪਏਗਾ ਰਾਈ ਸ਼ਲੀਫ ਸਾਹਿਬ ਤੇ ਤੁਸੀਂ ਜਾ ਕੇ ਆਪਣੇ ਮਿੱਥੇ ਨੂੰ ਸਮਝਾ ਦਿਓ ਕਿ ਬੰਦੇ ਦਾ ਪੁੱਤਰ ਬਣ ਜਾ ਆਪਣੇ ਕੰਮ ਨਾਲ ਕੰਮ ਰੱਖ ਅਸਤੀਫਾ ਦੇ ਤੇ ਚੁੱਪ ਕਰਕੇ ਲੰਡਨ ਨਿਕਲਦਾ ਬਾਲ ਬੱਚੇ ਤੇ ਕੋਲ ਸ਼ੁਕਰੀਆ